ਸਾਰਾ ਹੀ ਰਾਤ ਸੁੱਤੇ ਹੀ ਹਾਂ, ਕੁਛ ਨਹੀਂ ਪਤਾ ਸਾਡੇ। ਮੈਂ ਉੱਪਰ ਬੁਟੀਕ ਦਾ ਕੰਮ ਕਰਦੀ ਹਾਂ ਅਤੇ ਉੱਪਰ ਖਿੜਕੀ ਆ, ਖਿੜਕੀ 'ਤੇ ਜਾਲੀ ਲੱਗੀ, ਕਿਸੇ ਨੇ ਜਾਲੀ ਨੂੰ ਫਾੜ ਕੇ ਉਹਦੇ ਰਾਹੀਂ ਕੋਈ ਆਇਆ ਹੈ। ਇੱਥੇ ਮੇਰਾ ਬੇਟਾ ਸੁੱਤਾ ਹੈ, ਬੇਟੇ ਨੂੰ ਵੀ ਕੁਛ ਪਤਾ ਨਹੀਂ ਉਹਨੂੰ ਕੁਛ ਸੰਘਾਤਾ ਹੈ ਜਾਂ ਕੀ ਕੀਤਾ। ਜਦੋਂ ਮੈਂ ਸਵੇਰੇ ਉੱਠ ਕੇ ਰੂਮ 'ਚ ਆਈ ਹਾਂ, ਅਲਮਾਰੀ ਖੁੱਲ੍ਹੀ ਪਈ, ਸਮਾਨ ਸਾਰਾ ਖਿਲਰਿਆ ਪਿਆ। ਮੈਂ ਰੋਣ ਲੱਗ ਗਈ ਕਿ ਇੱਕਦਮ ਕਿ ਕੀ ਹੋਇਆ ਅੰਸ਼, ਤੂੰ ਕੁਛ ਕੀਤਾ ਹੈ? ਕਹਿੰਦਾ ਮੰਮਾ ਮੈਨੂੰ ਕੁਛ ਪਤਾ ਹੀ ਨਹੀਂ, ਉਹਨੂੰ ਕੁਛ ਵੀ ਨਹੀਂ ਪਤਾ ਕਿ ਮੇਰੇ ਲਾਗੇ ਕੋਈ ਖੁਰਾਕ ਹੋਇਆ ਜਾਂ ਸਮਾਨ ਡਿੱਗਿਆ। ਜੋ ਮੇਰਾ ਕੈਸ਼ ਕੁਸ਼ ਸੀ, ਜੋ ਵੀ ਮੇਰਾ ਗਹਿਣਾ ਗੱਟਾ ਸੀ, ਸਾਰਾ ਕੁਛ ਹੀ ਲੈ ਗਏ, ਕੋਈ ਚੀਜ਼ ਨਹੀਂ ਛੱਡ ਕੇ ਗਏ ਘਰ 'ਚ। ਬਸ ਇਹੀ ਮੇਰਾ ਕੈਸ਼ ਤਾਂ 1,00,000 ਦੇ ਲਾਗੇ ਚਾਗੇ ਹੋਊਗਾ, ਅਤੇ ਬਾਕੀ ਗਹਿਣਾ ਗੱਟਾ 4-4.5 ਲੱਖ ਦੇ ਲਾਗੇ ਚਾਗੇ ਸੀ। ਮੈਂ ਬੁਟੀਕ ਦਾ ਕੰਮ ਕਰਦੀ, ਮੇਰਾ ਉੱਪਰ ਬੁਟੀਕ ਦਾ ਜਿਹੜਾ ਉਹ ਵਾ ਦਰਾਜ ਆ, ਉਹ ਵੀ ਫੋਲਿਆ, ਉਹਦੇ ਵਿੱਚ ਵੀ ਥੋੜ੍ਹਾ ਬਹੁਤਾ ਕੈਸ਼ ਸੀ, ਅਤੇ ਜਿਹੜੇ ਉਹ ਕਮਰੇ 'ਚ ਜਾਲੀ ਲੱਗੀ ਸੀ ਅਤੇ ਉਹ ਜਾਲੀ ਫਾੜ ਕੇ ਅੰਦਰ ਆ ਗਏ, ਅਤੇ ਮੁੜ ਕੇ ਦਰਵਾਜ਼ੇ ਰਾਹੀਂ ਗਏ ਆ, ਕੋਈ ਉੱਥੇ ਬਾਲਕੋਨੀ 'ਚ ਦਰਵਾਜ਼ਾ, ਦਰਵਾਜ਼ਾ ਖੋਲ੍ਹ ਕੇ ਬਾਹਰ ਗਏ। ਮੈਂ ਸਵੇਰੇ 8 ਵਜੇ ਉੱਠੀ ਸੀ, ਮੈਨੂੰ ਸਵੇਰੇ ਜਾਗ ਹੀ ਨਹੀਂ ਆਈ। 8 ਵਜੇ ਜਾਗ ਆਈ, ਮੈਂ ਉੱਠ ਕੇ ਅੰਦਰ ਆਈ ਹਾਂ, ਮੂੰਹ ਹੱਥ ਧੋ ਕੇ ਮੈਂ ਬੇਟੇ ਨੂੰ ਵੇਖਿਆ, ਅਤੇ ਮੈਂ ਅਲਮਾਰੀ ਵੱਲ ਧਿਆਨ ਦਿੱਤਾ ਅਤੇ ਅਲਮਾਰੀ ਖੁੱਲ੍ਹੀ ਪਈ ਸੀਗੀ, ਕੋਈ ਖੜਾਕ ਖੜੂਕ ਨਹੀਂ ਆਇਆ। ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਕੋਈ ਖੜਾਕ ਹੋਣ ਡਿਆ ਜਾਂ ਨਹੀਂ ਹੋਣ ਡਿਆ, ਪਤਾ ਨਹੀਂ ਹੁਣ ਸਾਨੂੰ ਉਹਨਾਂ ਨੇ ਕੋਈ ਸੰਘਾਤਾ ਸੀ ਜਾਂ ਕੀ ਗੱਲਬਾਤ ਸੀ, ਕੁਛ ਨਹੀਂ ਪਤਾ ਸਾਨੂੰ। ਨਹੀਂ ਤਾਂ ਮਾੜਾ ਮੋਟਾ ਵੀ ਖੜਾਕ ਹੋਏ, ਮੈਂ ਉਸੇ ਵੇਲੇ ਉੱਠ ਜਾਂਦੀ ਹੁੰਦੀ ਵੀ ਕੋਈ ਖੜਾਕ ਹੋਣ ਡਿਆ। ਕੋਈ ਬਾਹਰੋਂ ਤਾਂ ਨਹੀਂ ਆ ਸਕਦਾ, ਗਲੀ ਮਹੱਲੇ ਦਾ ਵੀ ਕੋਈ ਹੈਗਾ ਵਾ, ਹੋ ਸਕਦਾ, ਪਰ ਹਾਂਜੀ ਕਰਾਤੀ ਹੈ। ਜਿੱਥੇ ਚੋਰੀ ਹੋਣ ਦਾ ਦੱਸ ਰਹੇ ਆ ਵੀ ਜਿੱਥੇ ਚੋਰੀ ਹੋਈ ਆ ਅਲਮਾਰੀ 'ਚੋਂ, ਉਹ ਅਲਮਾਰੀ ਦੇ ਲਾਗੇ ਬੈਠਦੇ ਮੁੰਡਾ ਸੁੱਤਾ ਹੁੰਦਾ ਰਵਿੰਦਰ ਸਿੰਘ, ਅਤੇ ਬਾਹਰੋਂ ਇੰਟਰਗ੍ਰਾਫ ਨਹੀਂ ਲਿਖਦੇ ਆ ਰਹੇ, ਜਿਹਦੇ ਵੀ ਆ ਰਹੇ ਤਫਤੀਸ਼ ਕਰ ਰਹੇ ਆ, ਫਿੰਗਰ ਪ੍ਰਿੰਟ ਬੁਲਾ ਰਹੇ ਆ, ਜੋ ਵੀ ਤੱਥ ਸਾਹਮਣੇ ਆਉਂਦੇ ਆ ਲੁੜਦੀ ਕਰ ਦਿੱਤੀ ਆ। ਚੋਰੀ ਇਹ ਕਹਿ ਰਹੇ ਆ ਵੀ ਸਾਡਾ 1,00,000 ਰੁਪਈਆ ਸੋਨੇ ਦੇ ਗਹਿਣੇ ਲੱਕੜ 'ਚੋਂ ਉਹ ਚੋਰੀ ਕਰਕੇ ਲੈ ਗਏ, ਬਾਕੀ ਤਫਤੀਸ਼ ਦੌਰਾਨ ਜੋ ਵੀ ਸਾਹਮਣੇ ਆਉਂਦਾ ਕਾਰਵਾਈ ਕੀਤੀ ਜਾਏ।